ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਬੀਤੇ ਦਿਨ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਕਣਕ ਦੀ ਅਦਾਇਗੀ ਨੂੰ ਲੈ ਕੇ ਇੱਕ ਅਹਿਮ ਬੈਠਕ ਹੋਈ ਸੀ ਜਿਸ ਵਿੱਚ ਕੋਈ ਸਕਾਰਾਤਮਕ ਨਤੀਜਾ ਨਹੀਂ ਨਿਕਲਿਆ ਜਿਸ ਕਾਰਨ ਆੜ੍ਹਤੀਆਂ ਦੇ ਰਾਹੀਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਅਦਾਇਗੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਜਿਸ ਕਰਕੇ ਹੁਣ ਪੰਜਾਬ ਵਿੱਚ ਸਰਕਾਰੀ ਖਰੀਦ ਤੇ ਸ਼ਸ਼ੋਪੰਜ ਬਰਕਰਾਰ ਹੈ ਇਸੇ ਮਾਮਲੇ ਨੂੰ ਲੈ ਕੇ ਕੱਲ੍ਹ ਲੁਧਿਆਣਾ ਵਿੱਚ ਪੰਜਾਬ ਆੜ੍ਹਤੀ ਐਸੋਸੀਏਸ਼ਨ ਵੱਲੋਂ ਅਹਿਮ ਬੈਠਕ ਵੀ ਸੱਦੀ ਗਈ ਹੈ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵਿਜੇ ਕਾਲਰਾ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਸ਼ਾਂਤੀ ਨਾਲ ਕੰਮ ਚੱਲਦਾ ਰਹੇ ਪਰ ਜੇਕਰ ਸਰਕਾਰਾਂ ਇਸ ਮਸਲੇ ਦਾ ਹੱਲ ਕਰਨ 'ਚ ਨਾਕਾਮ ਰਹੀਆਂ ਤਾਂ ਉਹ ਸੜਕਾਂ 'ਤੇ ਉਤਰ ਆਉਣਗੇ ਦੇਖੋ ਅੱਜ ਆੜ੍ਹਤੀਆਂ ਦੀ ਮੀਟਿੰਗ ਨਹੀਂ ਹੋਈ ਅੱਜ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਮੰਤਰੀ ਸਾਹਿਬ ਗਏ ਸੀਗੇ ਦਿੱਲੀ ਪਿਊਸ਼ ਗੋਇਲ ਜੀ ਨੇ ਜੋ ਮੀਟਿੰਗ ਕਰਕੇ ਆਏ ਉਹ ਤੁਹਾਨੂੰ ਤਾਂ ਕੱਲ੍ਹ ਪਤਾ ਲੱਗ ਗਿਆ ਮੈਂ ਦਿੱਲੀ ਤੋਂ ਹੀ ਮਹਾਰਾਜ ਸਾਹਿਬ ਨੂੰ ਅੱਜ ਉਹਨਾਂ ਨੇ ਬਰੀਫ ਕੀਤਾ ਕਿ ਪਿਊਸ਼ ਗੋਇਲ ਜੀ ਦਾ ਰਵੱਈਆ ਪੰਜਾਬ ਦੀ ਕਿਸਾਨੀ ਵਾਸਤੇ ਪੰਜਾਬ ਦੇ ਆੜ੍ਹਤੀਆਂ ਵਾਸਤੇ ਬੜਾ ਰੁੱਖਾ ਰਵੱਈਆ ਸੀ ਉਹਨਾਂ ਨੇ ਇੱਕੋ ਗੱਲ ਕਹੀ ਹੈ ਕਿ ਜੇ DBT ਪੰਜਾਬ ਦੇ ਕਿਸਾਨਾਂ ਦੇ ਖਾਤੇ ਨਹੀਂ ਪਾਉਣਗੇ ਤਾਂ ਅਸੀਂ ਜਿਹੜੀ 31 ਮਾਰਚ ਨੂੰ ਚਿੱਠੀ ਲਿਖੀ ਸੀ ਉਹਨੂੰ ਉਹਨਾਂ ਰਿਪੀਟ ਕੀਤਾ ਕਿ ਅਸੀਂ ਕੋਈ ਤੁਹਾਨੂੰ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਰੇਤਾਂ ਹੈ ਉਹ ਬੰਦ ਕਰ ਦਿਆਂਗੇ ਤੁਹਾਡੇ ਡਿਊਜ਼ ਹੈ ਜਾਂ ਹੋਰ ਜਿਹੜੀਆਂ ਕੇਂਦਰ ਸਰਕਾਰ ਨਾਲ ਰਿਲੇਟਡ ਪੰਜਾਬ ਸਰਕਾਰ ਦੀਆਂ ਗੱਲਾਂ ਨੇ ਪ੍ਰੋਕਿਓਰਮੈਂਟ ਕਰਨੀ ਜਿਹੜਾ ਨਾਜ ਪਿਆ ਗੋਦਾਮਾਂ ਦੇ ਵਿੱਚ ਉਹਦੀ ਮੂਵਮੈਂਟ ਕਰਨੀ ਦੂਜੇ ਸਟੇਟਾਂ 'ਚ ਭੇਜਣਾ ਉਹਨਾਂ ਨੇ ਇੱਕ ਧਮਕੀ ਵਾਂਗੂ ਗੱਲ ਕੀਤੀ ਹੈ ਵੀ ਇਹ ਸਾਰਾ ਕੁਛ ਅਸੀਂ ਬੰਦ ਕਰਾਂਗੇ ਤਾਂ ਉਹ ਮਹਾਰਾਜ ਸਾਹਿਬ ਨੂੰ ਉਹਨਾਂ ਨੇ ਬਰੀਫ ਕੀਤਾ ਮਹਾਰਾਜ ਸਾਹਿਬ ਨੇ ਇਸ ਗੱਲ ਦਾ ਬੜਾ ਗਿਲਾ ਕੀਤਾ ਕਿ ਇਹ ਜੋ ਕੇਂਦਰ ਸਰਕਾਰ ਪੰਜਾਬ ਸਰਕਾਰ ਨਾਲ ਕਰ ਰਿਹਾ ਇਹ ਬੜਾ ਵਿਤਕਰੇ ਭਰਿਆ ਰਵੱਈਆ ਬਟ ਉਹਨਾਂ ਨੇ ਭਾਰਤ ਭੂਸ਼ਣ ਆਸ਼ੂ ਜੀ ਜਿਹੜੇ ਸਾਡੇ ਫੂਡ ਮਿਨਿਸਟਰ ਹੈ ਉਹਨਾਂ ਦੀ ਡਿਊਟੀ ਲਾਈਏ ਕੋਈ ਹੱਲ ਕੱਢੋ ਜਿਹਦੇ ਨਾਲ ਇਹ ਸਿਸਟਮ ਆੜ੍ਹਤੀਆਂ ਦੇ ਨਾਲ ਜੁੜਿਆ ਰਹੇ ਜਿਹੜਾ ਪਿਛਲੇ 70 ਸਾਲ ਤੋਂ APMC ਐਕਟ ਦੇ ਤਹਿਤ ਪੰਜਾਬ ਦੀਆਂ ਮੰਡੀਆਂ ਦਾ ਕਿਸਾਨਾਂ ਦਾ ਆਪਰੇਸ਼ਨ ਜਿਹੜਾ 135 ਲੱਖ ਮੀਟਰ ਟਨ ਕਣਕ 200 ਲੱਖ ਟਨ ਝੋਨਾ 40 ਦਿਨ ਦੇ ਵਿੱਚ ਆੜ੍ਹਤੀਆਂ ਦੀ ਵਜ੍ਹਾ ਨਾਲ ਨੇਪਰੇ ਚੜ੍ਹਦਾ COVID-19 ਦੇ ਵਿੱਚ ਪਿਛਲੇ ਸਮੇਂ 'ਚ ਬਹੁਤ ਵੱਡੀ ਮਤਲਬ ਹਾਲਾਤ ਮਾੜਿਆਂ ਦੇ ਵਿੱਚ ਵੀ ਪੰਜਾਬ ਦੇ ਆੜ੍ਹਤੀਆਂ ਨੇ ਉਹਦੇ 'ਚ ਹਿੱਸਾ ਪਾਇਆ ਇਸ ਕਰਕੇ ਉਹਨਾਂ ਨੇ ਕਿਹਾ ਮੈਂ ਪੰਜਾਬ ਦੇ ਆੜ੍ਹਤੀਆਂ ਦੇ ਹਿੱਤਾਂ ਵਾਸਤੇ ਕਿਸਾਨਾਂ ਦੇ ਵਾਸਤੇ ਲੜਾਈ ਲੜਦਾ ਰਹੂੰਗਾ ਅਤੇ ਉਹਦੇ ਵਾਸਤੇ ਅਸੀਂ ਕੱਲ੍ਹ ਪੰਜਾਬ ਦੀ ਮੀਟਿੰਗ ਬੁਲਾ ਲਈ ਹੈ ਲੁਧਿਆਣੇ ਜੇ ਸਰਕਾਰ ਦੀ ਕੋਈ ਪ੍ਰਪੋਜ਼ਲ ਆਏਗੀ ਪੋਜ਼ਿਟਿਵ ਹੋਏਗੀ ਅਤੇ ਉਸ ਤੋਂ ਬਾਅਦ ਸਾਰਾ ਵਿਚਾਰ ਬਣਦਾ ਕਰਦਾਂਗੇ ਲੇਕਿਨ ਕੱਲ੍ਹ ਨੂੰ ਸਾਡੀਆਂ ਮੰਡੀਆਂ ਬੰਦ ਰਹਿਣਗੀਆਂ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲਰਾ ਨੇ ਕਿਹਾ ਕਿ ਕੇਂਦਰ ਸਰਕਾਰ ਉਹਨਾਂ ਨਾਲ ਧੱਕਾ ਕਰ ਰਹੀ ਹੈ ਮੰਤਰੀ ਆਸ਼ੂ ਨੂੰ ਵੀ ਉਹਨਾਂ ਨੇ ਕੋਈ ਸਕਾਰਾਤਮਕ ਜਵਾਬ ਨਹੀਂ ਦਿੱਤਾ ਸਗੋਂ ਪਿਊਸ਼ ਗੋਇਲ ਨੇ ਪੰਜਾਬ ਸਰਕਾਰ ਨੂੰ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਅਤੇ ਹੋਰ ਫੰਡ ਆਦਿ ਵੀ ਰੋਕਣ ਦੀ ਧਮਕੀ ਦਿੱਤੀ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਜੇਕਰ ਇਸ ਮਸਲੇ ਦਾ ਹੱਲ ਨਹੀਂ ਕੱਢ ਪਾਈਆਂ ਤਾਂ ਉਹਨਾਂ ਕੋਲ ਕੋਈ ਰਸਤਾ ਸੜਕਾਂ ਉੱਤੇ ਉਤਰਨ ਤੋਂ ਇਲਾਵਾ ਨਹੀਂ ਬਚੇਗਾ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਆਪਸ 'ਚ ਲੜਾਉਣਾ ਚਾਹੁੰਦੀ ਹੈ ਤਾਂ ਜੋ ਮੰਡੀ ਸਿਸਟਮ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਇਹ ਵੀ ਕਿਹਾ ਕਿ ਉਹ ਬੀਤੇ 7 ਦਹਾਕਾਂ ਤੋਂ ਆਪਣਾ ਇਹ ਪੁਸ਼ਤੈਨੀ ਕੰਮ ਕਰ ਰਹੇ ਨੇ ਪਰ ਅਚਾਨਕ ਸਰਕਾਰ ਵੱਲੋਂ ਇਹ ਨਾਦਰ ਸ਼ਾਹੀ ਫਰਮਾਨ ਸੁਣਾ ਦੇਣਾ ਕਿਸੇ ਨੂੰ ਰਾਸ ਨਹੀਂ ਆ ਰਿਹਾ ਪਰ ਉਹ ਸ਼ਾਂਤੀ ਨਾਲ ਇਸ ਮਸਲੇ ਦਾ ਹੱਲ ਚਾਹੁੰਦੇ ਨੇ ਅਸੀਂ ਸ਼ਾਂਤੀਪੂਰਵਕ ਤਾਂ ਲੋਕਤੰਤਰ ਦੇ ਵਿੱਚ ਅਧਿਕਾਰ ਹੈ ਅਤੇ ਸਾਨੂੰ ਕੋਲ ਫੰਡਾਮੈਂਟਲ ਰਾਈਟ ਹੈ ਵੀ ਅਸੀਂ ਆਪਣੀ ਆਵਾਜ਼ ਤੱਕ ਉਠਾਉਣ ਵਾਸਤੇ ਮੰਡੀਆਂ ਬੰਦ ਕਰ ਸਕਦੇ ਹਾਂ ਮੁਰਦਾਬਾਦ ਜਿੰਦਾਬਾਦ ਕਰ ਸਕਦੇ ਹੁਣ ਰਸਤੇ ਰੋਕ ਕੇ ਅਸੀਂ ਲੋਕਾਂ ਨੂੰ ਰਿਸਟਾਲ ਥੋੜ੍ਹੀ ਕਰਨਾ ਪੰਜਾਬ ਦੇ ਉੱਤੋਂ COVID-19 ਹੈ ਹਰ ਬੰਦਾ ਅੱਜ ਬੜਾ ਚਿੰਤਿਤ ਹੈ ਅਤੇ ਇਸ ਕਰਕੇ ਅਸੀਂ ਆਪਣਾ ਰੋਸ ਪ੍ਰਗਟ ਕਰਨ ਵਾਸਤੇ ਮੰਡੀਆਂ ਬੰਦ ਕਰਾਂਗੇ ਕੋਪਰੇਟ ਨਹੀਂ ਕਰਾਂਗੇ ਸਰਕਾਰ ਨੂੰ ਕੇਂਦਰ ਸਰਕਾਰ ਬਹੁਤ ਧੱਕਾ ਕਰ ਰਹੀ ਹੈ ਪੰਜਾਬ ਨਾਲ ਪ੍ਰੋਕਿਓਰਮੈਂਟ ਗੌਰਮੈਂਟ ਆਫ ਇੰਡੀਆ ਵਾਸਤੇ ਕਰਨੀ ਹੈ ਕੇਂਦਰ ਵਾਸਤੇ ਕਰਨੀ ਹੈ ਪੰਜਾਬ ਸਰਕਾਰ ਕੋਲ ਨਾ ਇੰਨਾ ਸਰਮਾਇਆ ਨਾ ਇੰਨਾ ਕੇਂਦਰ ਸਰਕਾਰ ਦੇ ਕੋਲ ਜਿਹੜੇ ਰਾਈਟ ਨੇ ਉਹਨਾਂ ਨੂੰ ਮਤਲਬ ਇਗਨੋਰ ਕਰ ਸਕਦੀ ਹੈ ਇਸ ਕਰਕੇ ਉਹ ਕੜਿੱਕੀ 'ਚ ਸਾਰਾ ਕਿਸਾਨੀ ਪੰਜਾਬ ਦੀ ਫਸੀ ਪਈ ਹੈ ਪੰਜਾਬ ਦਾ ਹਿੰਦੁਸਤਾਨ ਦਾ ਪੂਰਾ ਕਿਸਾਨ ਫਸਿਆ ਪਿਆ ਉਹਦੇ 'ਚ ਆੜ੍ਹਤੀਆਂ ਵੀ ਪਿਸ ਰਿਹਾ ਇਹ ਕੇਂਦਰ ਦੀ ਨੀਤੀ ਹੈ ਆੜ੍ਹਤੀਆਂ ਦੇ ਕਿਸਾਨਾਂ ਨੂੰ ਤੋੜ ਕੇ APMC ਐਕਟ ਨੂੰ ਖਤਮ ਕਰ ਦੇਣਾ ਬਰਬਾਦ ਕਰ ਦੇਣਾ ਪੰਜਾਬ ਦੀਆਂ ਮੰਡੀਆਂ ਬੇਆਬਾਦ ਕਰ ਦੇਣੀਆਂ ਪ੍ਰਾਈਵੇਟ ਪਲੇਅਰਾਂ ਦੇ ਕੋਲ ਕਿਸਾਨ ਨੂੰ ਭੇਜਣਾ ਉਹਨਾਂ ਨੇ ਆਪਣਾ ਮਕਸਦ ਦੇ ਵਿੱਚ ਪੂਰਾ ਹੋਣ ਵਾਸਤੇ ਪਹਿਲੀ ਚਾਲ ਚੱਲੀ ਹੈ ਕਿ ਆੜ੍ਹਤੀਆਂ ਦੇ ਕਿਸਾਨਾਂ ਨੂੰ ਦੂਰ ਕਰ ਦਿਓ ਮੰਡੀਆਂ ਖਤਮ ਹੋ ਜਾਣਗੀਆਂ ਪ੍ਰਾਈਵੇਟ ਪਲੇਅਰ ਦੇ ਹੱਥਾਂ 'ਚ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹੇਗਾ ਕਿਸਾਨ ਦੇ ਇਹ ਕਿਸਾਨ ਦੀ ਬਰਬਾਦੀ ਦੀ ਸ਼ੁਰੂਆਤ ਹੋਣ ਲੱਗੀ ਹੈ ਕੱਲ੍ਹ ਭਰਤ ਸ਼ਰਮਾ ਦੀ ਰਿਪੋਰਟ 10 ਅਮਰ ਨਿਊਜ਼ ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਤੇ Instagram ਨੂੰ ਫੋਲੋ ਕਰਨਾ ਨਾ ਭੁੱਲਿਓ